ਅੱਜ ਕਰਦੇ ਹਾਂ ਸ਼ੁਰੂਆਤ ਇਸ ਮੁੰਡੇ ਤੋਂ। ਇਹ ਮੁੰਡੇ ਦਾ ਹੈਗਾ ਜੀ ਅੱਜ ਹੈਪੀ ਬਰਥਡੇ, ਅਤੇ ਬਹੁਤ ਬਹੁਤ ਵਧਾਈਆਂ ਜਿਹਨਾਂ ਜਨਮਦਿਨ ਦੀਆਂ। ਅਤੇ ਜਨਮਦਿਨ 'ਤੇ ਇਹਨਾਂ ਨੇ ਬੁਲਾਇਆ ਆਪਣੇ ਦੋਸਤਾਂ ਨੂੰ, ਦੋਸਤਾਂ ਦੇ ਵਿੱਚੋਂ ਬਹੁਤ ਸਾਰੇ ਤਾਂ ਨਹੀਂ ਪਹੁੰਚ ਪਾਏ, ਪਰ ਇੱਕ ਹੀ ਪਹੁੰਚ ਪਾਇਆ, ਇਹ ਹੈਗਾ ਪਿਊਸ਼। ਅਤੇ ਨਾਲ ਲੱਗੇ ਸੀ ਜੀ ਫਿਰ ਇਹ ਫੋਟੋਆਂ ਖਿਚਵਾਉਣ। ਪਿਊਸ਼ ਜੀ ਨਾਲ ਇਹਨਾਂ ਦੀ ਯਾਰੀ ਦੋਸਤੀ ਤਕੜੀ ਲੱਗਦੀ ਹੈ ਆਪਾਂ ਨੂੰ। ਅਤੇ ਉਸ ਤੋਂ ਬਾਅਦ ਤਾਂ ਜੀ ਮਾਮੀ ਲੈ ਕੇ ਆ ਗਈ ਸੀ ਕੇਕ, ਇੱਥੇ ਲਿਖਿਆ ਹੈਪੀ ਬਰਥਡੇ ਅਹਿਮ, ਇੱਥੇ ਬਹੁਤ ਜ਼ਿਆਦਾ ਫਰੂਟ ਹੈ ਅਤੇ ਥੱਲੇ ਕੇਕ ਵੀ ਹੈਗਾ। ਅਤੇ ਨਾਲ ਹੀ ਬੈਠੇ ਨੇ ਆਪਣੇ ਨੋਟੀ ਆਰਮਨ ਜੀ, ਅਤੇ ਇਹ ਸਾਡਾ ਪੂਰਾ ਪਰਿਵਾਰ ਅਹਿਮ, ਈਸ਼ੀ, ਆਰਮਨ, ਪਿਊਸ਼ ਅਤੇ ਆਪਣੇ ਛੋਟੇ ਪ੍ਰਧਾਨ ਜੀ। ਅਤੇ ਕੇਕ ਕਟਿੰਗ ਤੋਂ ਪਹਿਲਾਂ ਅਸੀਂ ਸੋਚਿਆ ਥੋੜ੍ਹੇ ਜਿਹੇ ਬਣਾ ਲਈਏ, ਫੋਟੋਆਂ ਖਿੱਚ ਲਈਏ, ਦੇਖਣ ਨੂੰ ਵਧੀਆ ਲੱਗਦੀਆਂ। ਅਤੇ ਕੇਕ 'ਤੇ ਜਿਵੇਂ ਹੀ ਮੋਮਬੱਤੀਆਂ ਜਲਾਈਆਂ, ਇਹਨਾਂ ਦੇ ਮੂੰਹ ਫੁੱਲ ਗਏ ਸੀਗੇ, ਬੜੇ ਔਖੇ ਅਸੀਂ ਰੋਕੇ ਕਿ ਇਹਨਾਂ ਦੇ ਮੂੰਹ ਰੁਕ ਜਾਣ, ਤਾਂ ਕਿ ਇਹ ਆਪਣੀ ਫੂਕਾਂ ਮਾਰ ਕੇ ਕਿਤੇ ਕੰਮ ਨਾ ਖਰਾਬ ਕਰ ਦੇਣ। ਫਿਰ ਉਸ ਤੋਂ ਬਾਅਦ ਜੀ ਕੇਕ ਕਟਿੰਗ ਸ਼ੁਰੂ ਹੋਈ, ਬੜੇ ਔਖੇ ਫੜ ਕੇ ਰੱਖੇ, ਦੋ ਨਿਆਣੇ ਤਾਂ ਸਾਨੂੰ ਫੜ ਕੇ ਰੱਖਣੇ ਪਏ ਕਿਉਂਕਿ ਇਹ ਝਪੱਟੇ ਮਾਰ ਰਹੇ ਸੀਗੇ ਕਿ ਮੈਂ ਕੱਟਣਾ। ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਜੀ ਕੇਕ ਖਿਲਾਉਣ ਦੀ ਪ੍ਰਕਿਰਿਆ ਕੀਤੀ ਸ਼ੁਰੂ, ਅਤੇ ਪਿਊਸ਼ ਜੀ ਨੇ ਖਿਲਾਇਆ, ਆਰਮਨ ਨੇ ਖਿਲਾਤਾ। ਉਸ ਤੋਂ ਬਾਅਦ ਬਾਰੀ ਬਾਰੀ ਸਾਰੇ ਆਉਂਦੇ ਰਹੇ, ਅਤੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਨਾਨੀ ਆ ਗਈ, ਨਾਨੀ ਅਤੇ ਅੰਸ਼ੁਮਨ ਨੇ ਦੋਨਾਂ ਨੇ ਇਕੱਠੇ ਖਿਲਾਤਾ। ਅਤੇ ਉਸ ਤੋਂ ਬਾਅਦ ਪਿਊਸ਼ ਅਤੇ ਇਹਨਾਂ ਦੀ ਚੰਡਾਲ ਚੌਂਕੜੀ ਲੱਗ ਗਈ ਇਹਨੂੰ ਕੇਕ ਮਲਣ ਕਿ ਚਲੋ ਕੇਕ ਮਲ ਮਲ ਕੇ ਫੋਟੋਆਂ ਖਿਚਵਾਉਂਦੇ ਹਾਂ। ਅਤੇ ਈਸ਼ੂ ਨੇ ਵੀ ਕੇਕ ਮਲਿਆ, ਫਿਰ ਇਹਨਾਂ ਦੇ ਮਾਤਾ ਜੀ ਪਹੁੰਚ ਗਏ ਨੇ, ਅਤੇ ਫੂਫਾ ਬਦਮਾਸ਼ ਵੀ ਹੈਗਾ, ਫੂਫਾ ਬਦਮਾਸ਼ ਦੀ ਵੀ ਐਂਟਰੀ ਹੋਊਗੀ ਇਹਦੇ ਵਿੱਚ। ਆਲਾਓ ਜੀ ਆ ਗਏ ਨੇ ਫੂਫਾ ਬਦਮਾਸ਼। ਫੂਫਾ ਬਦਮਾਸ਼ ਨੇ ਕੇਕ ਖਿਲਾ ਦਿੱਤਾ ਹੈ ਅਤੇ ਮਲ ਵੀ ਦਿੱਤਾ ਹੈ ਥੋੜ੍ਹਾ ਜਿਹਾ, ਫੋਟੋਆਂ ਲਈ ਪੋਜ਼ ਬਣਦੇ ਜਾ ਰਹੇ। ਅਤੇ ਇਹ ਆਈ ਹੈ ਜੀ ਮਾਮੀ ਜਿਨ੍ਹਾਂ ਨੇ ਕੇਕ ਲਿਆਂਦਾ ਸੀ, ਅਤੇ ਆਰਮਨ ਆਪਣੀ ਅਲੱਗ ਹੀ ਜ਼ੋਨ 'ਚ ਹੈਗਾ। ਆਹ ਪਹੁੰਚ ਗਏ ਹੈ ਜੀ ਆਪਾਂ ਖਾਣ ਪੀਣ ਹੋਟਲ। ਆ ਮੁੰਡੇ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਕੌਣ ਹੈ ਜੀ ਇਹ? ਬਰਡੇ ਬੁਆਏ ਅਹਿਮ। ਅਤੇ ਇੱਥੇ ਆ ਕੇ ਮਾਰਨ ਲੱਗਿਆ ਸੀ ਪੋਸ਼ ਸ਼ੋਜ਼, ਅਤੇ ਸਾਨੂੰ ਲੱਗੀ ਸੀ ਬਹੁਤ ਜ਼ੋਰਾਂ ਦੀ ਭੁੱਖ, ਅਤੇ ਆਰਮਨ ਵੀ ਆ ਗਿਆ। ਆਰਮਨ ਕਹਿੰਦਾ ਮੇਰੇ ਵੀ ਪੋਸ਼ ਚਾਹੀਦੇ ਹੈ। ਅਤੇ ਆਹ ਪੋਸ਼ ਤੋਂ ਬਾਅਦ ਅਸੀਂ ਵੜ ਗਏ ਹੋਟਲ ਦੇ ਅੰਦਰ, ਅਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਹੋਟਲ ਦਾ ਹਾਲ। ਵੇਟ ਅ ਮਿੰਟ ਯਾਰ, ਹੋਟਲ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਵੀਡੀਓ ਹੈ ਜਿਹੜੀ ਆਪਾਂ ਕੇਕ ਦੇ ਟਾਈਮ 'ਤੇ ਬਣਾਈ ਸੀ ਜਦੋਂ ਮਾਮੀ ਕੇਕ ਲੈ ਕੇ ਆਈ ਸੀ, ਅਤੇ ਉਹ ਵੀਡੀਓ ਹੈਗੀ ਹੈ ਇਹ ਵਾਲੀ। ਔਰ ਯਾਰ ਮੈਂ ਅਹਿਮ ਕੇ ਬਰਥਡੇ ਪੇ ਮਾਮੀ ਆਗ ਲਗਾਤੇ ਹੋਏ ਮੋਮਬੱਤੀਆਂ ਪੇ ਬਾਅਦ ਮੈਂ ਬੋਲੋ ਨਾ ਕਿਉਂ ਅੰਸ਼ਵਨ ਹੈਪੀ ਬਰਥਡੇ ਭਈਆ, ਅੰਸ਼ਵਨ ਹੈਪੀ ਬਰਥਡੇ ਭਈਆ। ਫਿਰ ਵਾਪਸ ਲਿਆਏ ਸੇਮ ਪੋਸਟ ਤੇ ਆਪਾਂ ਜਿੱਥੋਂ ਆਪਾਂ ਛੱਡ ਕੇ ਗਏ ਸੀ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਹੋਟਲ 'ਚ ਐਂਟਰੀ, ਤੇ ਲੋਜੀ ਕਰਦੇ ਹਾਂ ਹੋਟਲ 'ਚ ਐਂਟਰੀ। ਇਹ ਹੈਗਾ ਬਰਥਡੇ ਬੁਆਏ, ਜਾਣਦੇ ਹੀ ਹੋ ਤੁਸੀਂ। ਅਰੇ ਆਪਣਾ ਫੂਫਾ ਬਦਮਾਸ਼, ਮਾਮੀ, ਆਰਮਨ। ਫੂਫਾ ਬਦਮਾਸ਼ ਥੋੜ੍ਹਾ ਜਿਹਾ ਪਰੇਸ਼ਾਨ ਲੱਗਦਾ ਹੈ। ਆਰ ਬਰਥਡੇ ਬੁਆਏ ਬੁਆ, ਆਰ ਬਰਥਡੇ ਬੁਆਏ।
ਅਰੇ ਹੈਗਾ ਆਪਣਾ ਈਸ਼ੀ ਮੂੰਹ ਢੱਕ ਕੇ ਬੈਠਾ, ਇਹ ਹੈਗਾ ਆਰਿਮਨ, ਇਹ ਦੋਨੇ ਮੂੰਹ ਢੱਕ ਕੇ ਬੈਠੇ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਇਹੋ ਜਿਹੇ ਕਿਹੜੇ ਕੰਮ ਕੀਤੇ ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਮੂੰਹ ਢੱਕਣਾ ਪੈ ਰਿਹਾ। ਸਰ ਬਰਥਡੇ ਬੋਆਏ, ਹੈਪੀ ਬਰਥਡੇ। ਪਰ ਲਓ ਜੀ ਆਪਣੇ ਆ ਗਏ ਪਿਆਜ਼, ਚਮਚ, ਪਲੇਟਾਂ, ਕੌਲੀਆਂ, ਪ੍ਰਸ਼ਾਦੇ ਵੀ ਆਉਣ ਵਾਲੇ। ਬਰਥਡੇ ਬੋਆਏ, ਹੈਪੀ ਬਰਥਡੇ। ਲਓ ਜੀ ਇਸ ਤੋਂ ਬਾਅਦ ਪਹੁੰਚ ਗਏ ਨੇ ਜੀ ਆਪਣੇ ਨਾਨ। ਨਾਨਾ ਦੀ ਸ਼ਕਲ ਲੱਗ ਰਹੀ ਹੈ ਬਹੁਤ ਹੀ ਘੈਂਟ, ਆਪਾਂ ਨਹੀਂ ਛੱਡ ਸਕਦੇ ਇਹਨਾਂ ਨੂੰ। ਅਤੇ ਹੁਣ ਤੁਹਾਡੇ ਸਾਹਮਣੇ ਫਿਰ ਪੇਸ਼ ਹੋ ਰਿਹਾ ਹੈ ਬਰਥਡੇ ਬੋਆਏ, ਬਰਥਡੇ ਬੋਆਏ, ਬਰਥਡੇ ਬੋਆਏ। ਅਤੇ ਗਾਈਜ਼ ਆਪਾਂ ਕੀਤਾ ਹੈ ਔਡਰ ਦਾਲ ਮੱਖਣੀ, ਗਾਰਲਿਕ ਪਨੀਰ, ਪਿਆਜ਼ ਅਤੇ ਚਨਾ ਮਸਾਲਾ, ਬਹੁਤ ਹੀ ਨਜ਼ਾਰੇਦਾਰ ਨਾਲ ਕੰਮ ਹੋਣ ਵਾਲਾ। ਲਓ ਜੀ ਆਪਣੀ ਹੋ ਗਈ ਹੈ ਪਲੇਟ ਸੈੱਟ, ਹੁਣ ਆਊਗਾ ਬਹੁਤ ਸਾਰਾ ਮਜ਼ਾ। ਬਰਥਡੇ ਬੋਆਏ, ਹੈਪੀ ਬਰਥਡੇ। ਲਓ ਜੀ ਚੱਕ ਦੋ ਫੱਟੇ, ਦੇਖੋ ਜੀ ਗੱਲਾਂ 'ਚ ਮੈਂ ਰਹਿ ਨਾ ਜਾਵਾਂ, ਨਾ ਮੇਰੇ ਪਿੱਛੇ ਨਾ ਰਹਿ ਜਾਣ, ਇਸ ਕਰਕੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਲਓ ਜੀ ਆਪਾਂ ਛੱਕ ਲਏ ਨੇ ਪ੍ਰਸ਼ਾਦੇ, ਪਲੇਟਾਂ ਹੋ ਗਈਆਂ ਖਾਲੀ। ਫੁੱਫਾ ਬਦਮਾਸ਼ ਅਤੇ ਮਾਮੀ ਹਲੇ ਰੇਸ 'ਚ ਲੱਗੇ ਹੋਏ, ਇਹਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਕਿ ਕੌਣ ਐਂਡ ਤੱਕ ਨਾਨ ਖਾਈ ਜਾਊਗਾ। ਲਓ ਜੀ ਆਹ ਦੇਖ ਲਓ, ਮਾਮੀ ਦਾ ਮੂੰਹ ਵੀ ਭਰਿਆ ਹੋਇਆ, ਹੱਥ ਵੀ ਭਰੇ ਹੋਏ, ਚੱਕੋ। ਆਹ ਲਓ ਜੀ ਆਰਿਮਨ ਹੋ ਗਿਆ ਵਿਲਨ, ਔਰ ਬਹੁਤ ਨਜ਼ਾਰਾ ਆਉਣ ਡਿਆ। ਅਰੇ ਕੋਈ ਬਸ਼ਰਮ ਬੱਚੇ। ਲਓ ਜੀ ਆਪਾਂ ਤਾਂ ਆ ਗਏ ਚੁੱਪ ਕਰਕੇ ਬਾਹਰ, ਮੈਂ ਅਤੇ ਮਾਮੀ ਔਰ ਆਰਿਮਨ, ਕਿਉਂਕਿ ਬਿੱਲ ਜਿਹੜਾ ਲਾਸਟ 'ਤੇ ਰੁਕੂਗਾ ਉਹੀ ਦਊਗਾ। ਲਓ ਜੀ ਆ ਗਿਆ ਹੈ ਸਾਰਿਆਂ ਦਾ ਚਹੇਤਾ, ਹੈਪੀ ਬਰਥਡੇ, ਬਰਥਡੇ ਬੋਆਏ। ਲਓ ਜੀ ਬੂਆ ਵੀ ਆ ਗਈ ਚੁੱਪ ਕਰਕੇ, ਕਿਉਂਕਿ ਬੂਆ ਵੀ ਪੈਸੇ ਨਹੀਂ ਦੇਣੇ ਚਾਹੁੰਦੀ। ਲਓ ਜੀ ਫੁੱਫਾ ਬਦਮਾਸ਼ ਫਸ ਗਿਆ, ਲਾਸਟ 'ਤੇ ਇਹ ਆਇਆ, ਔਰ ਇਹ ਹੈਗੇ ਜੀ ਆਪਣੇ ਪਿੱਛੇ ਸੌਂਫ 'ਚ ਲਿਫਾਫੇ 'ਚ ਪਾ ਪਾ ਕੇ ਜੇਬਾਂ ਵੀ ਭਰ ਕੇ ਆਇਆ ਹੈ। ਲਓ ਜੀ ਫੁੱਫਾ ਬਦਮਾਸ਼ ਦੇਣ ਲੱਗਿਆ ਹੁਣ ਬਿੱਲ। ਲਓ ਜੀ ਕੋਲਡ ਡਰਿੰਕਾਂ ਦੀ ਗੱਲ ਸ਼ੁਰੂ ਹੋ ਗਈ, ਛਿੱਤਰਾਂ ਦਾ ਕੰਮ ਹੋ ਗਿਆ ਸ਼ੁਰੂ, ਆਪਾਂ ਚੱਲੀਏ ਸਾਈਡ 'ਤੇ। ਲਓ ਜੀ ਆਪਾਂ ਹੋ ਗਏ ਹਾਂ ਵਿਹਲੇ, ਅਤੇ ਆਪਾਂ ਕਰ ਲਈ ਹੈ ਗੱਡੀ ਔਨ, ਆਪਾਂ ਚੱਲ ਕੇ ਬੈਠਦੇ ਹਾਂ ਗੱਡੀ 'ਚ। ਲਓ ਜੀ ਸਵਾਰੀਆਂ ਭਰ ਰਹੀਆਂ ਗੱਡੀ 'ਚ, ਆਪਾਂ ਹੁਣ ਇੱਥੋਂ ਕਰਕੇ ਗੱਡੀ ਬੈਕ, ਨਿਕਲਾਂਗੇ ਘਰਾਂ ਨੂੰ। ਲਓ ਜੀ ਆ ਜਾਓ ਆ ਜਾਓ ਆ ਜਾਓ, ਹੈਬੋਵਾਲ ਹੈਬੋਵਾਲ ਹੈਬੋਵਾਲ। ਲਓ ਜੀ ਗੱਡੀ ਗਈ ਹੈ ਭਰ ਹੁਣ। ਹਾਂਜੀ ਬਹਿ ਗਏ ਸਾਰੇ, ਚਲੋ। ਲਓ ਜੀ ਆਪਾਂ ਹੁਣ ਕਰ ਰਹੇ ਹਾਂ ਗੱਡੀ ਬੈਕ, ਗੱਡੀ ਹੋ ਗਈ ਬੈਕ। ਲਓ ਜੀ ਹੁਣ ਆਪਾਂ ਤੁਰ ਪਏ ਹਾਂ ਘਰ ਵੱਲ ਨੂੰ, ਕਿਉਂਕਿ ਟਾਈਮ ਹੋ ਗਿਆ ਹੈ ਬਹੁਤ, ਨਿੰਨੀ ਵੀ ਕਰਨੀ ਹੈ, ਆਰਿਮਨ ਨੇ ਵੀ ਕੱਲ੍ਹ ਸਕੂਲ ਜਾਣਾ ਹੈ। ਲਓ ਜੀ ਆਪਾਂ ਪਹੁੰਚ ਗਏ ਹਾਂ ਘਰ, ਬਹੁਤ ਹੀ ਨਜ਼ਾਰਾ ਆ ਗਿਆ, ਢਿੱਡ ਫੁੱਲ, ਆਤਮਾ ਸੰਤੁਸ਼ਟ। ਪਹੁੰਚ ਗਏ ਹਾਂ ਘਰ, ਲਾ ਕੇ ਗੱਡੀ ਬੈਕ। ਲਓ ਜੀ ਆਪਣੀ ਗੱਡੀ ਲੱਗ ਗਈ ਹੈ, ਕਰਤੀ ਹੈ ਲੋਕ, ਹੁਣ ਚੱਲੀਏ ਆਪਾਂ ਅੰਦਰ ਨੂੰ। ਲਓ ਜੀ ਔਰ ਇਹ ਆ ਗਏ ਨੇ ਈਸ਼ੀ ਔਰ ਬਰਥਡੇ ਬੋਆਏ ਔਰ ਬੂਆ, ਇਹ ਜਾ ਰਹੇ ਨੇ ਆਪਣੇ ਘਰ। ਬਾਏ ਬਾਏ ਬਰਥਡੇ ਬੋਆਏ, ਬਾਏ। ਹਲੋ ਜੀ ਬਰਥਡੇ ਬੋਆਏ ਨੂੰ ਬਰਥਡੇ ਵਿਸ਼ ਕਰ ਦਿਓ ਇੱਕ ਵਾਰੀ ਫਿਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਚਲੋ ਚਲੋ ਬਾਏ ਗਾਇਸ। ਲਓ ਜੀ ਆਪਾਂ ਗੇਟ ਕਰਤਾ ਬਾਅਦ, ਓਹ ਇੱਕ ਮਿੰਟ ਕੁੰਡੀ ਤਾਂ ਰਹਿ ਗਈ। ਲਓ ਜੀ ਚਲੋ ਜੀ
ਹੁਣ ਆਪਾਂ ਚੱਲਦੇ ਹਾਂ ਅੰਦਰ, ਫਿਰ ਮਿਲਾਂਗੇ ਬਹੁਤ ਜਲਦੀ ਨਵੇਂ ਵਲੌਗ ਦੇ ਨਾਲ। ਹੁਣ ਕਰਦੇ ਹਾਂ ਰੈਸ, ਜਦ ਤੱਕ ਲਈ ਟੇਕ ਕੇਅਰ, ਬਾਏ ਬਾਏ।